ਨਵੀਂ ਸਰਕਾਰ ਦੇ ਗਠਨ ਵਿਚਾਲੇ ਹਰਿਆਣਾ ਦੇ ਅਨਿਲ ਵਿੱਜ ਨਾਰਾਜ਼ ਹੋ ਚੁੱਕੇ ਨੇ। ਚੰਡੀਗੜ੍ਹ ਤੋਂ ਅੰਬਾਲਾ ਪਹੁੰਚ ਗਏ ਨੇ ਆਪਣੀ ਨਿੱਜੀ ਗੱਡੀ ਦੇ ਵਿੱਚ ਸਵਾਰ ਹੋ ਕੇ। ਦੱਸ ਦਈਏ ਕਿ ਹਰਿਆਣਾ ਦੇ ਵਿੱਚ ਨਵੀਂ ਸਰਕਾਰ ਬਣੀ ਔਰ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਣ ਚੁੱਕੇ ਨੇ ਤਾਂ ਦੂਜੇ ਪਾਸੇ ਅਨਿਲ ਵਿੱਜ ਉਹ ਨਾਰਾਜ਼ ਹੋ ਚੁੱਕੇ ਨੇ। ਮੀਟਿੰਗ ਦੇ ਵਿੱਚੋਂ ਬਾਹਰ ਆਏ, ਹਾਲਾਂਕਿ ਉਹਨਾਂ ਦੇ ਵੱਲੋਂ ਕੋਈ ਵੱਡਾ ਬਿਆਨ ਨਹੀਂ ਦਿੱਤਾ ਗਿਆ, ਪਰ ਚਿਹਰੇ ਤੋਂ ਸਾਫ਼ ਨਜ਼ਰ ਆ ਰਿਹਾ ਕਿ ਨਾਰਾਜ਼ ਹੋ ਕੇ ਆਪਣੀ ਗੱਡੀ ਦੇ ਵਿੱਚ ਖੁਦ ਡਰਾਈਵ ਕਰਕੇ ਅੰਬਾਲਾ ਪਹੁੰਚ ਚੁੱਕੇ ਨੇ। ਹਾਲਾਂਕਿ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਪਰ ਅਨਿਲ ਵਿੱਜ ਨਾਰਾਜ਼ ਨੇ ਕਿਉਂਕਿ ਮੀਟਿੰਗ ਦੇ ਵਿੱਚੋਂ ਬਾਹਰ ਉੱਠ ਕੇ ਆਏ ਨੇ। ਸਿੱਧੇ ਤੌਰ 'ਤੇ ਕਹਿ ਸਕਦੇ ਹਾਂ ਕਿ ਨਵੀਂ ਸਰਕਾਰ ਦੇ ਗਠਨ ਤੋਂ ਅਨਿਲ ਵਿੱਜ ਖੁਸ਼ ਨਹੀਂ ਨੇ ਔਰ ਜੋ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਣਾਏ ਗਏ ਨੇ ਉਹਨਾਂ ਤੋਂ ਕਾਫ਼ੀ ਸੀਨੀਅਰ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਹਰਿਆਣਾ ਦੇ ਸਿਹਤ ਮੰਤਰੀ ਨੇ ਅਨਿਲ ਵਿੱਜ। ਤਾਂ ਚੱਲਦੀ ਮੀਟਿੰਗ ਦੇ ਵਿੱਚੋਂ ਬਾਹਰ ਆਏ, ਅੱਜ ਨਵਾਂ ਵਿਸਥਾਰ ਹੋਇਆ। ਮਨੋਹਰ ਲਾਲ ਖੱਟਰ ਦੇ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਕੈਬਨਿਟ ਸਣੇ, ਤਾਂ ਦੂਜੇ ਪਾਸੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਣ ਚੁੱਕੇ ਨੇ। ਤਾਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਚੱਲਦੀ ਮੀਟਿੰਗ ਦੇ ਵਿੱਚੋਂ ਉੱਠ ਕੇ ਬਾਹਰ ਆਏ ਔਰ ਚੁੱਪਚਾਪ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਅੰਬਾਲਾ ਦੇ ਲਈ ਰਵਾਨਾ ਹੋ ਚੁੱਕੇ ਨੇ। ਹਾਲਾਂਕਿ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਦੱਸ ਦਈਏ ਕਿ ਅਸਲ ਕਾਰਨ ਕੀ ਨੇ, ਕਿਉਂ ਉਹ ਨਾਰਾਜ਼ ਹੋਏ, ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਅਨਿਲ ਵਿੱਜ ਦੇ ਕੋਲ ਨੇ। ਉਹ ਕੀ ਮੀਡੀਆ ਨੂੰ ਸੰਬੋਧਨ ਕਰਦੇ ਨੇ, ਕੀ ਆਪਣਾ ਪੱਖ ਰੱਖਦੇ ਨੇ, ਇਸ ਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਸਰ ਕਿਆ ਕੁਛ ਰਹਾ? ਸਰ ਨਹੀਂ ਕੁਛ ਨਹੀਂ ਬਤਾਏਂਗੇ, ਬਤਾਨੇ ਵਾਲੇ ਸਰ ਬਤਾਨੇ ਵਾਲੇ ਬਤਾਏਂਗੇ। ਸਰ ਮੀਟਿੰਗ ਮੇਂ ਕਿਆ ਕੁਛ ਰਹਾ? ਸਰ ਸਰ ਮੀਟਿੰਗ ਮੇਂ ਸਰ ਮੀਟਿੰਗ ਮੇਂ ਕਿਆ ਕੁਛ ਰਹਾ? ਸਰ ਸਰ ਮੀਟਿੰਗ ਮੇਂ ਕਿਆ ਕੁਛ ਰਹਾ? ਸਰ ਅਰੇ ਵੋ ਬਤਾਏਂਗੇ ਨਾ ਸਰ।